ਸਿੱਖੀ ਫਤਿਹ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਪੰਥਕ ਕਨਵੈਨਸ਼ਨ ਦੇ ਅੱਜ ਆਪ ਪਹੁੰਚੇ ਹੋ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਰੋਮ ਰੋਮ ਕਰਕੇ ਆਪ ਜੀ ਦਾ ਧੰਨਵਾਦ ਕਰਦਾ ਹਾਂ। ਸਮਾਂ ਬਹੁਤ ਹੋ ਗਿਆ, ਬੜਾ ਲੰਮਾ ਸਮਾਂ ਆਪ ਜੀ ਨੇ ਜਿਹੜੀ ਹੈ ਇੱਥੇ ਹਾਜ਼ਰੀ ਭਰੀ ਹੈ। ਸਭ ਤੋਂ ਪਹਿਲਾਂ ਮੈਂ ਸਾਧ ਸੰਗਤ ਆਪ ਜੀ ਨੂੰ ਦੱਸਦਾ ਜਾਵਾਂ, ਜਿਵੇਂ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਉਹਨਾਂ ਦੇ ਪਿਤਾ ਜੀ ਦਾ ਕੱਲ੍ਹ ਜਿਹੜਾ ਹੈ ਉਹ ਅੰਤਮ ਅਰਦਾਸ ਹੋਈ ਹੈ। ਮੈਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਥੇਦਾਰ ਤਰਲੋਚਨ ਸਿੰਘ ਜੀ, ਜੋ ਬਾਬਾ ਹਰਨਾਮ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਸਨ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਆਪ ਜੀ ਦੇ ਨਾਲ ਕੁਛ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਮੈਂ ਥੋੜ੍ਹਾ ਜਿਹਾ ਸਮਾਂ ਲੈਣ ਦਾ ਯਤਨ ਕਰਾਂਗਾ, ਕਿਉਂਕਿ ਗੁਰਮੁਖ ਪਿਆਰਿਓ ਇੰਟਰਨੈਸ਼ਨਲ ਪੰਥਕ ਦਲ ਦਾ ਜਿਹੜਾ ਕੰਮ ਹੈ ਉਹ ਪਿੰਡਾਂ ਦੇ ਵਿੱਚ ਜਿਹੜਾ ਹੈ ਧਰਮ ਪ੍ਰਚਾਰ ਕਰਨਾ। ਤੁਸੀਂ ਪਿੱਛੇ ਸਕਰੀਨਾਂ ਲੱਗੀਆਂ ਕਿ ਛੋਟੇ ਛੋਟੇ ਬੱਚਿਆਂ ਵਾਲੀ ਸਕਰੀਨ ਵੇਖ ਸਕਦੇ ਹੋ, ਤਕਰੀਬਨ ਹਰ ਮਹੀਨੇ 75,000 ਰੁਪਈਆ ਇੰਡੀਆ ਦਾ ਇੰਟਰਨੈਸ਼ਨਲ ਪੰਥਕ ਦਲ ਜਿਹੜਾ ਬੱਚਿਆਂ ਨੂੰ ਦਸਤਾਰਾਂ ਸਜਾਉਣ ਸਿਖਾਉਣੀਆਂ, ਗੁਰਬਾਣੀ ਦੀ ਸੰਥਿਆ ਸਿੱਖੀ ਦੇ ਨਾਲ ਜੋੜਨਾ, ਧਾਰਮਿਕ ਫਿਲਮਾਂ ਵਿਖਾਉਣੀਆਂ, ਅਤੇ ਖਾਸ ਕਰਕੇ ਮਾਲਵੇ ਇਲਾਕੇ ਨੂੰ ਅਸਾਂ ਪਹਿਲ ਦਿੱਤੀ ਹੋਈ ਹੈ ਵੀ ਜਿਹੜਾ ਬੱਚਿਆਂ ਨੂੰ ਜੋੜਨ ਵਾਸਤੇ ਅਤੇ ਡੇਰਾਵਾਦ ਦੇ ਨਾਲ ਲੋਕ ਜਿਹੜੇ ਜੁੜਦੇ ਜਾਂਦੇ ਉਹਦਾ ਅਸਰ ਕਿਵੇਂ ਘਟਾਇਆ ਜਾਵੇ, ਇਹ ਜਥੇਬੰਦੀ ਆਪਣੇ ਤੌਰ 'ਤੇ ਜਿਹੜੀ ਉਹ ਸੇਵਾ ਕਰ ਰਹੀ ਆ। ਕੁਝ ਸੰਗਤਾਂ ਜਾਂ ਜਿਵੇਂ ਮੈਂ ਕਹਿੰਦਾ ਬਾਬਾ ਬੁੱਢਾ ਸਾਹਿਬ ਲੋਟੀ ਗੰਮ, ਅਤੇ ਆ ਬੱਚਿਆਂ ਦਾ ਜਥਾ ਲੱਗਾ ਸੀ ਢਾਡੀ ਜਥਾ, ਇਹ ਜਥਾ ਜਿਹੜਾ ਸਾਨੂੰ ਮਾਇਕ ਤੌਰ 'ਤੇ ਜਿਹੜਾ ਸਪੋਰਟ ਕਰਦਾ ਹੈ। ਅਤੇ ਗੁਰਮੁਖ ਪਿਆਰਿਓ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਭਾਈ ਰਘਬੀਰ ਸਿੰਘ ਜੀ ਬੜੇ ਵਿਸਤਾਰ 'ਚ ਦੱਸ ਕੇ ਗਏ ਨੇ, ਮੈਂ ਬੇਨਤੀ ਕਰਾਂ ਕਈ ਵਾਰੀ ਬਾਹਰ ਵਿਦੇਸ਼ਾਂ ਦੀਆਂ ਸਟੇਜਾਂ ਤੋਂ, ਖਾਸ ਕਰਕੇ ਤੁਹਾਡੀ ਇਸ ਕੰਟਰੀ ਦੀ ਸਟੇਜ ਤੋਂ ਵੀ ਬੋਲਿਆ ਗਿਆ ਕਈਆਂ ਥਾਵਾਂ 'ਤੇ, ਇੱਕ ਦੋ ਥਾਵਾਂ 'ਤੇ, ਕਿ ਬੰਦੀਆਂ ਨੂੰ ਛਡਾਉਣ ਦਾ ਕੰਮ ਸਾਡਾ ਨਹੀਂ। ਅਤੇ ਮੈਂ ਬੇਨਤੀ ਕਰਾਂ ਫਿਰ ਸਾਡਾ ਕੰਮ ਕੀ ਆ, ਇੰਟਰਨੈਸ਼ਨਲ ਪੰਥਕ ਦਲ ਇਹ ਜ਼ਿੰਮੇਵਾਰੀ ਲੈਂਦਾ ਕਿ ਜਿਨ੍ਹਾਂ ਨੇ 25-25-30-30 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹਾਂ 'ਚ ਗੁਜ਼ਾਰ ਲਏ, ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਕੰਮ ਕਰਾਂਗੇ, ਉਹਨਾਂ ਨੂੰ ਰਿਹਾਅ ਕਰਾਉਣ ਦਾ ਹਰ ਯਤਨ ਕਰਾਂਗੇ, ਭਾਵੇਂ ਸਾਨੂੰ ਕਿਸੇ ਵੀ ਸਰਕਾਰ ਨਾਲ ਬਹਿਣਾ ਪਵੇ। ਅਸੀਂ ਮੇਜਰ ਸਿੰਘ ਨੂੰ ਛਡਾਉਣ ਵਾਸਤੇ ਯੂਪੀ ਦੀ ਮਾਇਆਵਤੀ ਅਤੇ ਮੁਲਾਇਮ ਸਰਕਾਰ ਨੂੰ ਵੀ ਮਿਲੇ ਸਾਂ, ਅਸੀਂ ਰਾਜਸਥਾਨ ਸਰਕਾਰ ਨੂੰ ਵੀ ਮਿਲੇ ਸਾਂ, ਪਰ ਜਦੋਂ ਅਸੀਂ ਪੰਜਾਬ ਸਰਕਾਰ ਨੂੰ ਮਿਲੇ ਬੜੀਆਂ ਫੋਟੋਆਂ ਆਈਆਂ, ਕਿਸੇ ਨੇ ਸਾਨੂੰ ਬਗਲਗੀਰ ਆਖਿਆ, ਕਿਸੇ ਨੇ ਸਾਨੂੰ ਪੁਰਕੀ ਦੇ ਪੁਰਕੀ ਦੇ ਡਿੱਗੇ ਹੋਏ ਆਖਿਆ, ਕਿਸੇ ਨੇ ਸਾਨੂੰ ਗਦਾਰ ਆਖਿਆ, ਪਰ ਜਦੋਂ ਮੇਰੇ ਸਤਿਗੁਰੂ ਨੇ ਸਾਡੀ ਲਾਜ ਰੱਖੀ ਬਾਜੀ ਪੁੱਠੀ ਪਈ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜਦੋਂ ਪ੍ਰੋਫੈਸਰ ਭੁੱਲਰ ਨੂੰ ਇਹੋ ਹੀ ਬੰਦੇ ਭਾਈ ਰਘਵੀਰ ਸਿੰਘ ਹੋਣੀ, ਜਦੋਂ ਬਾਦਲ ਨਾਲ ਫੋਟੋ ਆਈ ਅਸੀਂ ਪ੍ਰੈਸ ਰਿਲੀਜ਼ ਕੀਤੀ ਸੀ, ਅਸੀਂ ਆਪ ਫੋਟੋ ਇਸ਼ੂ ਕੀਤੀ ਸੀ ਪੰਜਾਬ ਦੀ ਪ੍ਰੈਸ ਦੇ ਵਿੱਚ, ਅਤੇ ਉਦੋਂ ਇਹ ਕੁਛ ਆਖਿਆ, ਪਰ ਜਦੋਂ ਇਹੋ ਹੀ ਬੰਦੇ ਭੁੱਲਰ ਸਾਹਿਬ ਨੂੰ ਬਾਹਰ ਲੈ ਕੇ ਆ ਰਹੇ ਸਨ, ਸਤਿਗੁਰੂ ਨੇ ਲਾਜ ਰੱਖੀ, ਉਹਨਾਂ ਲੋਕਾਂ ਦੇ ਆਪੇ ਮੂੰਹ ਬੰਦ ਹੋ ਗਏ ਵੀ ਇਹਦੇ ਗੇੜਾ ਹੀ ਉਲਟਾ ਆ ਗਿਆ। ਗੁਰਮੁਖ ਪਿਆਰਿਓ ਹੁਣ ਅਸੀਂ ਜਿਹੜਾ ਯਤਨ ਕਰ ਰਹੇ ਹਾਂ, ਜੇ ਉਸੇ ਹੀ ਭਾਰਤ ਦੇ ਵਿੱਚ ਬਿਹਾਰ ਵਰਗੀ ਸਟੇਜ ਦੇ ਵਿੱਚ ਬਾਹੂਬਲੀ ਦੇ ਗੁੰਡਿਆਂ ਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਦੇ ਪੱਗੀ ਜਮਾਨਤ ਦੇ ਸਕਦੀ ਆ, ਅਤੇ ਸਿੱਖ ਜਿਹੜੇ ਬੰਦੀ ਨੇ, ਸਿੱਖ ਸੰਘਰਸ਼ ਦੇ ਜਿਹੜੇ ਕੈਦੀ ਨੇ, ਇਹਨਾਂ ਨੂੰ ਰਿਹਾਈ ਕਿਉਂ ਨਹੀਂ ਦਿੱਤੀ ਜਾ ਸਕਦੀ। ਮੈਂ ਬੇਨਤੀ ਕਰਾਂ, ਭਾਈ ਰਘਵੀਰ ਸਿੰਘ ਜੀ ਗੱਲ ਕਰਕੇ ਗਏ ਨੇ ਵੀ 40 ਮੈਂਬਰ ਸ਼੍ਰੋਮਣੀ ਕਮੇਟੀ 'ਚ ਸੰਤ ਸਮਾਜ ਦੇ ਨੇ, ਮੈਂ ਬੇਨਤੀ ਕਰਾਂ ਕੇਵਲ ਅਤੇ ਕੇਵਲ ਅਜੇ 40 ਮੈਂਬਰਾਂ ਦੇ ਨਾਲ ਦਰਵਾਜ਼ੇ ਤੋਂ ਅੱਗੇ 5 ਹੀ ਰੱਖਿਆ ਜਾਣਾ, 170 ਮੈਂਬਰੀ ਕਮੇਟੀ ਆ, ਅਤੇ ਜਦੋਂ 85-90 ਦੇ ਪਹੁੰਚਾਂਗੇ ਫਿਰ ਬਰਾਬਰ ਦੀ ਗੱਲ ਹੋਣੀ ਹੈ। ਲਛਮਣ ਸਿੰਘ ਧਾਰੋਵਾਲੀ ਵਾਲਿਆਂ ਨੇ ਸ਼ਹੀਦੀਆਂ ਦੇ ਕੇ ਗੁਰਦੁਆਰੇ ਯਾਦ ਕਰਾਏ ਜਿਹਦੇ 'ਚੋਂ ਸ਼੍ਰੋਮਣੀ ਕਮੇਟੀ ਨਿਕਲੀ। ਇੱਕ ਮੈਂ ਹੋਰ ਗੱਲ ਕਰਦੇ ਹਾਂ, ਕਹਿੰਦੇ ਸਰਕਾਰਾਂ ਨਾਲ ਰਲ ਕੇ ਤੁਸੀਂ ਕੀ ਕਰੋਗੇ, 2011 ਤੋਂ ਲੈ ਕੇ ਦਾਸ ਨੇ 2014 ਤੱਕ ਇਹ ਵੇਖਿਆ ਵੀ ਵਿਦੇਸ਼ਾਂ ਦੇ ਵਿੱਚੋਂ ਨਾਰੇ ਬੜੇ ਵੱਜਦੇ ਨੇ, ਮਤੇ ਬੜੇ ਪਾਏ ਜਾਂਦੇ ਨੇ, ਪ੍ਰਾਪਤੀ ਕਿੱਥੇ ਹੋ ਰਹੀ ਅਤੇ ਕਿੱਦਾਂ ਹੋ ਸਕਦੀ। ਮੈਂ 3 ਸਾਲ ਇਸ ਗੱਲ 'ਤੇ ਸਰਚ ਕੀਤੀ, ਜਿੱਥੇ ਬੜੇ ਵੱਡੇ ਜਥੇਬੰਦੀਆਂ ਦੇ ਗੜ੍ਹ ਸੀ ਮੈਂ ਉੱਥੇ ਰਹਿੰਦਾ, ਪਰ ਮੈਂ ਵੇਖ ਕੇ ਇੰਟਰਨੈਸ਼ਨਲ ਪੰਥਕ ਦਲ 'ਚ ਕਿਉਂ ਆਇਆ, ਕਿਉਂਕਿ ਮੈਂ ਵੇਖਿਆ ਇਸ ਜਥੇਬੰਦੀ ਦੇ ਜ਼ਮੀਨ ਨੇ ਪੰਜਾਬ ਦੀ ਧਰਤੀ 'ਤੇ, ਜਿਹਦੇ ਪੈਰ ਹੀ ਨਹੀਂ ਪੰਜਾਬ ਦੀ ਧਰਤੀ 'ਤੇ ਉਹ ਮੰਜ਼ਿਲ ਕਿੱਦਾਂ ਬਣਾ ਲੂ। ਅੱਜ ਕੱਲ੍ਹ ਪਰਸੋਂ ਸਾਡੀ ਇੱਕ ਮੀਡੀਆ ਦੇ ਉੱਤੇ ਫੋਨ ਦੇ ਰਾਹੀਂ ਵੀ ਗੱਲਬਾਤ ਹੋਈ, ਉਹ ਕਹਿੰਦਾ ਜੀ ਅਸੀਂ ਨਾਰਿਆਂ ਨਾਲ ਆਹ ਕੁਛ ਕਰ ਦਿਆਂਗੇ, ਨਾਰਿਆਂ ਨਾਲ ਬੜਾ ਕੁਛ ਹੋ ਰਿਹਾ, ਮਤਿਆਂ ਨਾਲ ਬੜਾ ਕੁਛ ਹੋ ਰਿਹਾ, ਤੁਸੀਂ ਸਿਆਣੇ ਸੱਜਣ ਬੈਠੇ ਹੋ, 1984 ਦੇ ਸਾਰੇ ਚੱਲੇ ਹੋ, 32 ਸਾਲ ਹੋ ਗਿਆ ਲਮਿੰਟਨ ਦੇ ਗੁਰਦੁਆਰੇ ਪੁਲਿਸ ਨੂੰ ਨਹੀਂ ਦੱਸ ਸਕੇ ਵੀ ਆਹ ਸ੍ਰੀ ਸਾਹਿਬ ਸਾਡੀ ਕਿਰਪਾਨ ਆ ਕਿ ਨਾ ਹੀ ਲਿਆ ਕੇ ਛੁਰੀ ਆ, 32 ਸਾਲਾਂ 'ਚ ਲੋਬੀਆਂ ਕਰਕੇ ਨਾਰਿਆਂ ਨਾਲ ਇਹ ਨਹੀਂ ਦੱਸ ਸਕੇ ਅਸੀਂ। ਮੈਨੂੰ ਮਾਫ਼ ਕਰਿਆ ਜੇ ਮੈਂ ਕਿਸੇ ਦੇ ਵਿਰੁੱਧ 'ਚ ਨਹੀਂ, ਪਰ ਜਿਹੜਾ ਜਿੰਨਾ ਚਿਰ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਪੌੜੀਆਂ ਨਹੀਂ ਚੜਾਂਗੇ, ਉਹ ਹੀ ਪ੍ਰਕਾਸ਼ ਸਿੰਘ ਬਾਦਲ ਜਿਹਨੇ ਜਿਹੜਾ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ,
ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਹਿੰਦਾ ਸੀ ਬੈਰਕਾਂ ਛੱਡ ਦੇਣ ਫੌਜੀ, ਅੱਜ ਪੰਜਾਬ ਦੇ ਉੱਤੇ ਰਾਜ ਕਰਨ ਡਿਆ ਤੇ ਗੁਰਮੁਖ ਪਿਆਰੇ ਸ਼ਹੀਦੀਆਂ ਦੇਣ ਵਾਲੇ ਤੇ ਬੈਰਕਾਂ ਛੱਡਣ ਵਾਲੇ ਕਿੱਥੇ ਰੁਲਦੇ ਫਿਰਦੇ ਨੇ। ਸਾਨੂੰ ਸੋਚ ਬਣਾਉਣੀ ਪਏਗੀ, ਉਦੋਂ ਬਰਾਬਰ ਤੱਕ ਜਾਣਾ ਪਏਗਾ। ਮੈਂ ਇੱਕ ਬੇਨਤੀ ਕਰਦਾ ਜਾਵਾਂ ਗੁਰਮੁਖ ਪਿਆਰਿਓ, ਵੇਖੋ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਮੇਂ ਸੰਘਰਸ਼ ਬੜੇ ਜ਼ੋਰਾਂ ਦੇ ਉੱਤੇ ਸੀ। ਪੰਜਾਬ ਦਾ ਬੱਚਾ ਬੱਚਾ ਨੌਜਵਾਨ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸੀ, ਪਰ ਸਾਰਾ ਪੰਜਾਬ ਇਕੱਠਾ ਸੀ ਤੇ ਟੈਗ ਹੋ ਗਿਆ ਸੀ। ਪਤਾ ਕੀ ਹੋਇਆ ਉਹਦਾ ਕਾਰਨ? ਕੀ ਨਾਂ ਤੇ ਧਰਮ ਯੁੱਧ ਮੋਰਚੇ ਦਾ ਜਿਹੜਾ ਡਿਕਟੇਟਰ ਸੀ ਧਰਮ ਸਿੰਘ ਲੌਂਗੋਵਾਲ, ਨਾ ਉਹਨੇ ਐਲਾਨ ਕੀਤਾ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਲਾਨ ਕੀਤਾ। ਜੇ ਉਹ ਐਲਾਨ ਕਰਦੇ ਕੌਮ ਨੂੰ ਤੇ ਜਿਹੜਾ ਸੀ ਇਸ ਵੇਲੇ ਸਮਾਂ ਕੁਛ ਹੋਰ ਹੋਣਾ ਸੀਗਾ। ਇਸ ਕਰਕੇ ਮੈਂ ਬੇਨਤੀ ਕਰਾਂ, ਜਦੋਂ ਕਈ ਗੱਲਾਂ ਸਟੇਜਾਂ ਤੇ ਨਹੀਂ ਕਰਨੀਆਂ ਸਾਨੂੰ ਚਾਹੀਦੀਆਂ, ਪਰ ਕਰਨੀਆਂ ਪੈਂਦੀਆਂ। ਜਦੋਂ ਲੋਕ ਕਹਿੰਦੇ ਸਰਕਾਰਾਂ ਨਾਲ ਬਹਿ ਕੇ ਰਲ ਗਏ, ਜਿਹਦੇ ਨਿੱਜੀ ਕੰਮ ਵਾਸਤੇ ਬੈਠੇ ਆ, ਕੋਈ ਕੁਰਸੀ ਲਈ, ਕੋਈ ਅਹੁਦਾ ਲਿਆ, ਕੋਈ ਕਿਸੇ ਭਰਾ ਭਤੀਜੇ ਨੂੰ ਨੌਕਰੀ ਦਵਾਈ ਆ, ਤੇ ਗੁਰੂ ਦੀ ਹਜ਼ੂਰੀ 'ਚ ਅਸੀਂ ਗਲਤ ਹਾਂ। ਪਰ ਜੇ ਬੰਦੀ ਸਿੰਘਾਂ ਵਾਸਤੇ, ਕੌਮ ਵਾਸਤੇ ਸਾਨੂੰ ਕਿਤੇ ਵੀ ਜਾਣਾ ਪਿਆ, ਮੈਂ ਇਹ ਗੱਲ ਕਹਿ ਦਾਂ, ਪ੍ਰੋਫੈਸਰ ਭੁੱਲਰ ਦੇ 3 ਮਹੀਨੇ ਹੋਏ ਆਨੰਦ ਕਾਰਜ ਹੋਏ ਨੂੰ, ਉਹ ਤੋਂ ਬਾਅਦ 25-30 ਸਾਲ ਹੋ ਚੱਲੇ ਜੇਲ੍ਹ ਦੇ ਵਿੱਚ। ਜੇ ਅਸੀਂ ਇਹਨਾਂ ਕੰਟਰੀਆਂ 'ਚ ਬਹਿ ਕੇ ਚੰਗੇ ਚੰਗੇ ਘਰ, ਚੰਗੀਆਂ ਗੱਡੀਆਂ, ਚੰਗੀਆਂ ਪ੍ਰੋਪਰਟੀਆਂ, ਚੰਗਾ ਖਾਣਾ ਖਾਣੇ ਪੀਂਦੇ ਹਾਂ, ਤੇ ਅਸੀਂ ਕਹਿੰਦੇ ਹਾਂ ਜੀ ਅਸੀਂ ਨਾਰੇ ਭਾਰ ਕੇ ਛਡਾ ਦਿਆਂਗੇ ਇੰਟਰਨੈਸ਼ਨਲ ਪੰਥਕ ਦਲ ਨੂੰ, ਕਿਸੇ ਵੀ ਸਰਕਾਰ ਨਾਲ ਬਹਿਣਾ ਪਵੇ, ਕਿਤੇ ਵੀ ਜਾਣਾ ਪਵੇ। ਇਹ ਬੰਦੀ ਸਿੰਘ ਸਾਡਾ ਮਾਣ ਨੇ, ਬੰਦੀ ਸਿੰਘ ਸਾਡਾ ਸਨਮਾਨ, ਸਾਡੇ ਸਿਰ ਦਾ ਤਾਜ ਨੇ, ਜਿਨ੍ਹਾਂ ਨੇ ਕੌਮ ਵਾਸਤੇ ਸੰਘਰਸ਼ ਕੀਤਾ। ਤੇ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਦੇ ਵਿੱਚ ਕਨਵੀਨਰ ਭਾਈ ਸੁਖਵਿੰਦਰ ਸਿੰਘ ਗਵਾਨ, ਜੋ ਸ਼ਹੀਦ ਭਾਈ ਸੁਖਵੰਤ ਸਿੰਘ ਦੇ ਭਤੀਜੇ ਨੇ, ਸਾਡਾ ਯਤਨ ਆ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਕੀਤੀਆਂ, ਸੰਘਰਸ਼ ਕੀਤੇ, ਜਿਨ੍ਹਾਂ ਦੇ ਚੁੱਲ੍ਹਿਆਂ 'ਚ ਅੱਜ ਤੱਕ ਘਾਹ ਉਗਾ, ਜੇ ਮਾਝੇ ਦੇ ਵਿੱਚ ਜਾ ਕੇ ਵੇਖ ਲਓ ਅੱਗ ਨਹੀਂ ਬਲ ਸਕੀ, 30 ਸਾਲ ਹੋ ਗਏ ਉਹਨਾਂ ਘਰਾਂ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਲੱਭ ਕੇ ਅਸੀਂ ਚਾਹੁੰਦੇ ਅੱਗੇ ਲਾਈਏ, ਉਹ ਕੌਮ ਦੀ ਗਵਾਹੀ ਕਰਨ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ। ਤੇ ਜਿਹੜੇ ਅਸੀਂ ਤੇ ਚੰਗੀਆਂ ਕੰਟਰੀਆਂ 'ਚ ਆਣ ਕੇ ਤੇ ਸਟੇਜਾਂ ਤੋਂ ਨਾਅਰੇ ਮਾਰ ਕੇ ਗੱਲ ਕਰ ਦਈਏ, ਅਸੀਂ ਪਿੱਛੇ ਰਹਿ ਕੇ ਸਿਪਾਹੀ ਬਣ ਕੇ ਜਿਹੜਾ ਸੇਵਾ ਕਰਨ ਦਾ ਯਤਨ ਕਰਾਂਗੇ। ਮੈਂ ਬੇਨਤੀ ਕਰਦਾ ਨਾ, ਜਿੱਦਣ ਅਸੀਂ ਆਏ ਸਾਂ ਇੰਟਰਨੈਸ਼ਨਲ ਪੰਥਕ ਦਲ ਨੇ ਸਟੇਜ ਸਾਨੂੰ ਦੇ ਕੇ ਨੌਜਵਾਨਾਂ ਨੂੰ ਅੱਗੇ ਲਾਇਆ, ਕੋਈ ਹੋਰ ਮੇਰਾ ਵੀਰ ਨੌਜਵਾਨ ਸਾਡੀ ਜਗ੍ਹਾ ਤੇ ਕੰਮ ਕਰਨਾ ਚਾਹੇ, ਅਸੀਂ ਪਿੱਛੇ ਹੋ ਕੇ ਕੰਮ ਕਰਾਂਗੇ, ਅੱਗੇ ਹੋ ਕੇ ਕੰਮ ਕਰਨ। ਬੜੀਆਂ ਗੱਲਾਂ ਨੇ ਜੋ ਸਾਨੂੰ ਪੰਜਾਬ ਦੇ ਵਿੱਚ ਵਿਚਰ ਕੇ ਗੁਰਮੁਖ ਪਿਆਰਿਓ ਕਰਨੀਆਂ ਪੈਂਦੀਆਂ। ਸਾਡੀ ਪਾਲਿਸੀ ਇਹ, ਕੋਈ ਵੀ ਕੰਮ ਹੋਏਗਾ ਅਸੀਂ ਅੱਗੇ ਲਾ ਕੇ ਆਪ ਕਰਾਂਗੇ, ਕਿਸੇ ਦੇ ਮੋਢਿਆਂ ਤੇ ਰੱਖ ਕੇ ਨਹੀਂ ਚਲਾਵਾਂਗੇ। ਕਿਸੇ ਦੇ ਬੱਚਿਆਂ ਦੇ ਲੰਮੂ ਸਿਵੇ ਸੇਕਣੇ ਬੜੇ ਸੌਖੇ ਨੇ, ਜਦੋਂ ਆਪਣੇ ਧੀ ਪੁੱਤ ਦੇ ਗੱਲ ਆਉਂਦੀ ਪਤਾ ਫਿਰ ਲੱਗਦਾ ਕਿਸ ਭਾਅ ਵਿਕਦੀ ਆ। ਅਸੀਂ ਤੇ ਇਹਨਾਂ ਵੀ ਕਹਿੰਦੇ ਹਾਂ ਵੀ ਜਿਹੜੇ ਬੰਦੇ ਕਹਿੰਦੇ ਨੇ ਕਰਦੇ ਕੁਛ ਨਹੀਂ ਗਦਾਰ, ਇਹ ਚੱਲਣ ਸਾਡੇ ਨਾਲ, ਅਸੀਂ ਸਭ ਕੁਛ ਛੱਡ ਕੇ ਚੱਲਣ ਨੂੰ ਤਿਆਰ ਹਾਂ। ਇਹਨਾਂ ਦੇ ਬੱਚੇ ਸਾਡੇ ਸਾਡੇ ਜਿੱਡੇ ਜਵਾਨ ਨੇ, ਚੱਲਣ ਸਾਡੇ ਨਾਲ ਪੰਜਾਬ, ਇਹਨਾਂ ਜਿਹੜਾ ਸੰਘਰਸ਼ ਕਰਨਾ ਅਸੀਂ ਨਾਲ ਕਰਾਂਗੇ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਧਰਮ ਦਿੱਤਾ, ਕਲਗੀਧਰ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗਲੀ 'ਚ ਆਪਣੇ ਪੁੱਤਰ ਵਾਰੇ ਪਹਿਲਾਂ ਬਚਾ ਵੀ ਸਕਦੇ ਸੀ, ਪਰ ਇੱਕ ਰਸਤਾ ਸੀ ਸਾਡੇ ਵਾਸਤੇ ਵੀ ਸਿੱਖਾ ਕਿਤੇ ਸਮਾਂ ਹੋਣਾ, ਤੈਨੂੰ ਪਰਿਵਾਰ ਵੀ ਤੋਰਨਾ ਪੈਣਾ, ਇਹ ਨਹੀਂ ਵੀ ਇੱਥੇ ਬੈਠਾ ਰਹੀ। ਗੁਰਮੁਖ ਪਿਆਰਿਓ, ਵੇਖੋ ਪੰਜਾਬ ਦਾ ਪੁਨਰਗਠਨ ਹੋਇਆ 1 ਨਵੰਬਰ 1966 ਨੂੰ, ਤੇ ਜਿਹੜੀ ਸੀਗੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਕੇਂਦਰੀ ਸ਼ਾਸਿਤ ਐਲਾਨ ਦਿੱਤਾ ਗਿਆ, ਹਰਿਆਣੇ ਦੇ ਪੰਜਾਬ ਨੂੰ ਸਾਂਝੀ ਰਾਜਧਾਨੀ ਦੇ ਦਿੱਤੀ, ਬਾਅਦ 30 ਸੂਬੇ ਬਣੇ ਜਿਨ੍ਹਾਂ ਨੂੰ ਕੇਂਦਰ ਆਪਣੀ ਮਦਦ ਨਾਲ ਰਾਜਧਾਨੀ ਬਣਾ ਕੇ ਦਿੰਦਾ ਰਿਹਾ। ਪਰ ਪੰਜਾਬ ਨੂੰ ਅਜੇ ਤੱਕ ਸਾਡੀ ਰਾਜਧਾਨੀ ਨਹੀਂ ਮਿਲੀ, ਕਿਉਂਕਿ ਅਸੀਂ ਜਿਹੜੇ ਅਵੇਸਲੇ ਹੋ ਕੇ ਬਹਿ ਗਏ ਹਾਂ, ਅਥਾਹ ਕੁਰਬਾਨੀਆਂ ਕਰਕੇ ਜਿਹੜਾ ਜੇਲ੍ਹਾਂ ਭਰ ਕੇ ਪੰਜਾਬੀ ਸੂਬਾ ਮੋਰਚਾ ਬਣਿਆ, ਜਿਸ ਦੇ ਵਿੱਚੋਂ ਹਰਿਆਣਾ, ਹਿਮਾਚਲ, ਸ਼ਿਮਲਾ, ਕੁੱਲੂ, ਕਾਂਗੜ, ਧਰਮਸਾਲ ਤੇ ਗੰਗਾਨਗਰ ਜੇ ਏਰੀਏ ਪੰਜਾਬ 'ਚੋਂ ਕੱਢ ਕੇ ਇੱਕ ਲੰਗੜਾ ਜਿਹਾ ਪੰਜਾਬ ਸਾਨੂੰ ਦੇ ਦਿੱਤਾ। ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਆਨੰਦ ਕਾਰਜ ਐਕਟ ਦੀ ਜਦੋਜਹਿਦ ਕਰ ਰਹੇ ਵੀ ਸਿੱਖਾਂ ਦਾ ਆਨੰਦ ਕਾਰਜ ਐਕਟ ਦੇ ਅਧੀਨ ਸਾਡਾ ਆਨੰਦ ਕਾਰਜ ਵਿਆਹ ਰਜਿਸਟਰ ਹੋਣਾ ਚਾਹੀਦਾ, ਜੋ ਇਸ ਵੇਲੇ ਹਿੰਦੂ ਮੈਰਿਜ ਐਕਟ ਅਧੀਨ ਦੇ ਹੁੰਦਾ। ਸਿੱਖ ਇੱਕ ਵੱਖਰੀ ਕੌਮ ਹੈ, ਧਾਰਾ 25B 'ਚੋਂ ਕੱਢ ਕੇ ਤੇ ਸਿੱਖ ਇੱਕ ਵੱਖਰੀ ਕੌਮ ਜਿਹੜਾ ਲਿਖਿਆ ਜਾਵੇ, ਇਹਦੇ ਉੱਤੇ ਅਸੀਂ ਯਤਨ ਕਰ ਰਹੇ ਹਾਂ। ਅਸੀਂ ਕਹਿੰਦੇ ਵੀ ਨੌਜਵਾਨ ਸੰਗਤਾਂ ਸਾਡਾ ਸਾਥ ਦੇਣ, ਜੇ ਅਸੀਂ ਕੁਛ ਪ੍ਰਾਪਤ ਕਰਨਾ, ਮੰਜ਼ਿਲ ਉੱਥੇ ਬਣਦੀ ਆ ਜਿੱਥੇ ਜ਼ਮੀਨ ਹੋਵੇ, ਇਹ ਨਹੀਂ ਵੀ ਕਿਤੇ ਰੇਤਾ ਬਜਰੀ ਸਰੀਆ ਕਿਤੇ ਸਟਾਇਆ ਹੋਵੇ ਤੇ ਮੰਜ਼ਿਲ ਕਿਤੇ ਬਣਾਉਣੀ ਹੋਵੇ ਬਣ ਜੇ, ਗੱਲਾਂ ਨਾ ਤੇ ਬਣ ਜਾਏਗੀ, ਪਰ ਹੋਏਗਾ ਕੁਛ ਨਹੀਂ। ਇਸ ਕਰਕੇ ਜਿੰਨਾ ਚਿਰ ਪੰਜਾਬ ਦੀ ਧਰਤੀ ਤੇ ਨਹੀਂ ਜਾਵਾਂਗੇ, ਨਹੀਂ ਚੱਲਾਂਗੇ, ਕਿਸੇ ਬੰਨੇ ਘਰੋਂ ਨਿਕਲ ਕੇ ਨਹੀਂ ਤੁਰਾਂਗੇ, ਪ੍ਰਾਪਤ ਕੁਛ ਨਹੀਂ ਹੋਣਾ ਉਹਦਾ ਮੇਰੇ ਨਾਲੋਂ ਵੱਧ। ਮੈਂ ਤੇ ਕੱਲ ਆਇਆ ਇੱਥੇ, ਮੈਨੂੰ ਤੇ ਇੰਨਾ ਪਤਾ ਨਹੀਂ, ਤੁਸੀਂ 25-30 ਸਾਲ ਤੋਂ ਸੰਘਰਸ਼ ਕਰਦੇ ਪਏ ਜੀ ਇੱਥੇ, 1984 ਤੋਂ ISYF ਦੇ ਸੀਨੀਅਰ ਮੈਂਬਰਾਂ ਦੇ ਵਿੱਚ ਵੀ ਤੁਸੀਂ
ਤੁਸੀਂ ਵਿਚ ਰਹੇ ਹੋ ਗੁਰਪੁਰਬ ਹਟਣ ਤੋਂ ਜਿਵੇਂ ਪ੍ਰਦੀਪ ਸਿੰਘ ਜੀ ਨਰਿੰਦਰ ਸਿੰਘ ਚੌਹਾਨ ਹੋਰ ਸੱਜਣ ਬੜੇ ਆਏ ਨੇ ਜਿਹੜੇ ਵਿਚਰੇ ਨੇ ਉਹਨਾਂ ਨੂੰ ਪਤਾ ਕਿ ਪ੍ਰਾਪਤੀ ਕੀ ਹੋ ਰਹੀ ਅਸੀਂ ਪਿਛਲੇ ਸਾਲ ਮੈਂ ਕਵੰਟਰੀ ਦੇ ਸਟੇਜ ਤੇ ਇਹ ਗੱਲ ਕਹੀ ਸੀ ਅਸੀਂ ਉਸ ਤੋਂ ਬਾਅਦ ਪੰਜਾਬ 'ਚ ਜਾ ਕੇ ਵਿਚਰੇ ਜਦੋਂ ਬਾਪੂ ਸੂਰ ਸਿੰਘ ਗੜਤਾਲ ਦੇ ਬੇਟਾ ਅਸੀਂ ਸਮੁੱਚੀ ਸਿੱਖ ਜਥੇਬੰਦੀਆਂ ਨੂੰ ਇੱਕ ਐਲਾਨ ਕੀਤਾ ਸੀ ਵੀ ਆਓ ਸਾਰੇ ਜਣੇ ਰਲ ਕੇ ਚੱਲੀਏ ਇੱਕ ਵਫਦ ਲੈ ਕੇ ਜਾਈਏ ਤੇ ਪ੍ਰੈਸ਼ਰ ਬਣਾਈਏ ਪਰ ਕੋਈ ਤੁਰਿਆ ਨਹੀਂ ਅਸੀਂ ਆਪਣੇ ਤੌਰ ਤੇ ਇਕੱਲੇ ਗਏ ਮਿਲੇ ਸਾਨੂੰ ਕੁਛ ਪ੍ਰਾਪਤੀ ਹੋਈ ਸਾਨੂੰ ਪਤਾ ਲੱਗਾ ਵੀ ਜੇ ਵਿਦੇਸ਼ਾਂ ਦਾ ਸਿੱਖ ਬਾਹਰ ਨਿਕਲ ਕੇ ਤੁਰੇ ਅਸੀਂ ਕੁਛ ਨਾ ਕੁਛ ਲੈ ਸਕਦੇ ਹਾਂ ਤੇ ਜਿੰਨਾ ਚਿਰ ਅਸੀਂ ਨਿਕਲਾਂਗੇ ਨਹੀਂ ਉਹਨਾਂ ਚਿਰ ਸਾਨੂੰ ਮਿਲਣਾ ਕੋਈ ਨਹੀਂ ਢਾਡੀ ਜਥਾ ਵੀ ਸਟੇਜ ਤੇ ਸੱਜਿਆ ਮੈਂ ਜ਼ਿਆਦਾ ਸਮਾਂ ਨਾ ਲਵਾਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਕਿਉਂਕਿ ਦਾਸ ਇਸ ਜਥੇਬੰਦੀ ਦਾ ਚੌਕੀਦਾਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਜਿਵੇਂ ਭਾਈ ਸੁਖਜਿੰਦਰ ਸਿੰਘ ਜਿੰਦਾ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁਖਾ ਉਹਨਾਂ ਦੀ ਬਰਸੀ ਤੇ ਹਰ ਵਾਰੀ ਜਥੇਦਾਰ ਪਹੁੰਚ ਕੇ ਤੇ ਮਾਇਆ ਉਹਨਾਂ ਪਰਿਵਾਰਾਂ ਨੂੰ ਜਾ ਕੇ ਦਿੰਦੀ ਹੈ ਉਹ 11-11 21-21 ਹਜ਼ਾਰ ਰੁਪਈਆ ਅਸੀਂ ਹਰ ਬਰਸੀ ਤੇ ਉਹਨਾਂ ਦੀ ਤੇ ਪਹੁੰਚਦੇ ਤੇ ਦਿੰਦੇ ਹਾਂ ਮਾਤਾ ਪ੍ਰੀਤਮ ਕੌਰ ਜੀ ਫੇਰੀ ਮਾਨ ਉਹਨਾਂ ਦਾ ਪੁੱਤਰ ਨਿਰਮਲ ਸਿੰਘ ਜੀ ਜੋ 1993 ਤੋਂ ਜੇਲ੍ਹ ਹੈ 21,000 ਦੀ ਸੇਵਾ ਮਾਤਾ ਬਲਜਿੰਦਰ ਕੌਰ ਜੀ ਜਿਨ੍ਹਾਂ ਦਾ ਪੁੱਤਰ ਭਾਈ ਬਖਸੀਰ ਸਿੰਘ ਭੁਨਿਆਰੇ ਵਾਲੇ ਕੇਸ ਹੈ ਜੇਲ੍ਹ ਦੇ ਵਿੱਚ ਉਹਨਾਂ ਦੇ ਪਿਤਾ ਦੀ ਲੱਤ ਜਿਹੜੀ ਸੀ ਖਰਾਬ ਹੋ ਗਈ ਇਲਾਜ ਵਾਸਤੇ 20,000 ਰੁਪਇਆ ਦਿੱਤਾ ਜੋ ਬਰਗਾੜੀ ਕਾਂਡ ਹੋਇਆ ਕ੍ਰਿਸ਼ਨ ਭਗਵਾਨ ਸਿੰਘ ਤੇ ਆਪਣਾ ਇੱਕ ਸਿੰਘ ਹੋਰ ਸੀਗਾ ਉਹਨਾਂ ਵਾਸਤੇ ਅਸੀਂ 2.5-2.5 ਲੱਖ ਰੁਪਇਆ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿਹੜਾ ਭੇਜਿਆ ਭਾਈ ਮਲਕੀਤ ਸਿੰਘ ਜੰਮੂ ਜੇਲ੍ਹ ਮੇਜਰ ਸਿੰਘ ਜੰਮੂ ਜੇਲ੍ਹ ਵਰਿਆਮ ਸਿੰਘ ਜੋ ਰਿਹਾ ਹੋਏ ਨੇ ਤੇ ਹੋਰ ਭਾਈ ਗੁਰਦੀਪ ਸਿੰਘ ਖੈਰਾ ਇਹਨਾਂ ਨੂੰ ਅਸੀਂ ਜਦੋਂ ਪਰੋਲ ਤੇ ਆਏ 1.25 ਲੱਖ ਰੁਪਇਆ ਦਿੱਤਾ ਸੀ ਦੂਜਿਆਂ ਸਿੰਘਾਂ ਨੂੰ 21-21 ਲੱਖ ਲਖਵਿੰਦਰ ਸਿੰਘ ਲੱਥਾ ਬਿਰਤਾ ਕੇਸ ਦੇ ਵਿੱਚ ਜਿਹੜੇ ਉਹਨਾਂ ਨੂੰ 25,000 ਰੁਪਇਆ ਜੇ ਕੱਲ੍ਹ ਪਰਸੋਂ ਜਿਹੜਾ ਜਥੇਬੰਦੀ ਵੱਲੋਂ ਦਿੱਤਾ ਗਿਆ ਭਾਈ ਹਰਪਾਲ ਸਿੰਘ ਪਾਲੀ ਤੇ ਉਹਨਾਂ ਦੇ ਬੱਚਿਆਂ ਨੂੰ ਭਾਈ ਅਮਰਜੀਤ ਸਿੰਘ ਡੇਰੂ ਦੇ ਬੱਚਿਆਂ ਦੀ ਜਿਹੜੀ ਫੀਸ ਆ ਜਥੇਬੰਦੀ ਵੱਲੋਂ 21,000 ਰੁਪਇਆ ਭਰੀ ਗਈ ਬੀਬੀ ਹਰਦੇਵ ਕੌਰ ਜੀ ਪਤਨੀ ਨੂੰ ਭਾਈ ਨਿਰਮਲ ਸਿੰਘ ਜੀ ਜੋ ਸੂਰਜਮੁਨੀ ਕੇਸ ਰਾਜਸਥਾਨ ਦੇ ਵਿੱਚ ਸੀ ਉਹਨਾਂ ਨੂੰ ਜਿਹੜਾ ਹੈ ਉਹ ਮਾਇਆ ਦਿੱਤੀ ਗਈ ਭਾਈ ਮੇਜਰ ਸਿੰਘ ਜੀ ਨੂੰ ਮਾਇਆ ਦਿੱਤੀ ਗਈ ਤੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਲਿਆਂ ਦੇ ਨਜ਼ਦੀਕੀ ਰਹਿ ਚੁੱਕੇ ਜਿਹੜੇ ਉਹਨਾਂ ਦੇ ਡਰਾਈਵਰ ਸਨ ਭਾਈ ਬਖਸੀਰ ਸਿੰਘ ਜਾਂ ਹੋਰ ਸਿੰਘ ਉਹਨਾਂ ਨੂੰ ਵੀ ਜਿਹੜੀ ਹੈ 50,000 ਰੁਪਏ ਦੀ ਮਦਦ ਦਿੱਤੀ ਗਈ ਹੋਰ ਵੀ ਜਿਹੜੇ ਜਿਵੇਂ ਕਿ ਭਾਈ ਜਸਜੀਤ ਸਿੰਘ ਜੰਮੂ ਸ਼ਹੀਦ ਹੋਇਆ ਸੀ ਉਹਨੂੰ 50,000 ਦੀ ਮਦਦ ਹਰ ਵਾਰੀ ਆ ਦੂਸਰੀ ਬਰਸੀ ਤੇ ਵੀ ਪਹੁੰਚੇ ਤੇ ਜਥੇਬੰਦੀ ਵੱਲੋਂ ਜਿਹੜੀ ਮਾਇਆ ਦਿੱਤੀ ਜਾਂਦੀ ਹੈ ਇਹ ਅਸੀਂ ਮੈਂਬਰਾਂ ਵੱਲੋਂ ਆਪਣੀ ਥੋੜ੍ਹੀ ਥੋੜ੍ਹੀ ਮਾਇਆ ਇਕੱਠੀ ਕਰਕੇ ਦਿੰਦੇ ਹਾਂ ਜਾਂ ਕੁਝ ਸੰਗਤਾਂ ਸਾਨੂੰ ਹੁਣ ਸਹਿਯੋਗ ਕਰਦੀਆਂ ਨੇ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਸੇਵਾਵਾਂ ਦੇ ਵਿੱਚ ਜਿਹੜਾ ਹੈ ਯੋਗਦਾਨ ਪਾਇਆ ਕਰੋ ਤੇ ਸਾਨੂੰ ਜਦੋਂ ਮਰਜ਼ੀ ਪੁੱਛ ਸਕਦੇ ਹੋ ਬਾਕੀ ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ ਉਹਨਾਂ ਦੀਆਂ ਬਰਸੀਆਂ ਦੇ ਪਹੁੰਚ ਕੇ ਉੱਥੇ ਮਾਇਆ ਦਿੱਤੀ ਜਾਂਦੀ ਆ ਜਾਂ ਸੋਸ਼ਲ ਮੀਡੀਆ ਰਾਹੀਂ ਆਪ ਜੀ ਦੇ ਸਾਹਮਣੇ ਸਾਰਾ ਕੁਝ ਜਿਹੜਾ ਹੈ ਉਹ ਪਹੁੰਚ ਜਾਂਦਾ ਹੈ ਇਹ ਜਥੇਬੰਦੀ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਤੇ ਮੈਂ ਬੇਨਤੀ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਵੀ ਜਿਹੜੇ ਵੀ ਕਾਰਜਾਂ ਵਾਸਤੇ ਅਸੀਂ ਲੱਗੇ ਹਾਂ ਸਤਿਗੁਰੂ ਕਿਰਪਾ ਕਰਕੇ ਜੇ ਕੌਮ ਦੇ ਪੰਥ ਦੇ ਕਾਰਜ ਨੇ ਤੇ ਸਿਰ ਤੇ ਹੱਥ ਰੱਖ ਕੇ ਆਪ ਕਰਾ ਲਿਓ ਸਾਡਾ ਨਿਸ਼ਾਨਾ ਸਾਡੀ ਮੰਜ਼ਿਲ ਉਹ ਹੈ ਜੋ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਸੀ ਅਸੀਂ ਜਿੰਨੀ ਮਰਜ਼ੀ ਗੱਲ ਕਰ ਲਈਏ ਜਿੰਨਾ ਚਿਰ ਅਸੀਂ ਅਕਾਲ ਤਖਤ ਸਾਹਿਬ ਦੀ ਗਵਾਹੀ ਲੈ ਕੇ ਨਹੀਂ ਨਿਕਲਾਂਗੇ ਨਹੀਂ ਤੁਰਾਂਗੇ ਉਹਨਾਂ ਚਿਰ ਸਾਨੂੰ ਮਿਲਣਾ ਕੁਛ ਨਹੀਂ ਜੇ ਨਿਸ਼ਾਨਾ ਸਾਡਾ ਉਹੋ ਹੀ ਹੈ ਜੋ ਬਾਬਾ ਜਰਨੈਲ ਸਿੰਘ ਜੀ ਨੇ ਐਲਾਨ ਕੀਤਾ ਸੀਗਾ ਪਰ ਕਈ ਵਾਰੀ ਰਸਤੇ ਬਦਲਣੇ ਪੈਂਦੇ ਨੇ ਹੁਣ ਬਾਬਾ ਜਰਨੈਲ ਸਿੰਘ ਵਰਗੀ ਜੁਰਤ ਤੇ ਦਲੇਰੀ ਹਰ ਕਿਸੇ ਕੋਲ ਨਹੀਂ ਆ ਸਕਦੀ ਉਹ ਤੇ ਮੇਰਾ ਗੁਰੂ ਹੀ ਜਿਹਦੇ ਤੇ ਕਿਰਪਾ ਕਰੇ ਪਰ ਕਈ ਵਾਰੀ ਰਸਤੇ ਤੁਹਾਨੂੰ ਬਦਲਣੇ ਪੈਂਦੇ ਨੇ ਮੰਜ਼ਿਲ ਤੇ ਪਹੁੰਚਣ ਵਾਸਤੇ ਇਸ ਕਰਕੇ ਗੁਰਮੁਖ ਪਿਆਰਿਓ ਕਿਉਂਕਿ ਕਈ ਵਾਰੀ ਕਹਿ ਦਿੰਦੇ ਲੋਕ ਵੀ ਇਹਦੇ ਸਰਕਾਰ ਨਾਲ ਬਹਿ ਗਏ ਅਸੀਂ ਉਸ ਦਮਦਮੀ ਟਕਸਾਲ ਨੂੰ ਸਪੋਰਟ ਕਰਦੇ ਹਾਂ ਜਿੱਥੋਂ ਬਾਬਾ ਜਰਨੈਲ ਸਿੰਘ ਨੇ ਐਲਾਨ ਕੀਤਾ ਅਸੀਂ ਉਸ ਪਰਿਵਾਰ ਨੂੰ ਸਪੋਰਟ ਕਰਦੇ ਤੇ ਫਿਰ ਅਸੀਂ ਕਿਤਾ ਬਹਿ ਗਏ ਪਰ ਅਸੀਂ ਰਸਤਾ ਕਿਉਂਕਿ ਇੱਥੇ ਲੋਕ ਜਿਹੜੇ ਨੇ ਆ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸਾਹਿਬ ਦੇ ਉੱਤੇ ਗੁੰਮਟ ਹੁੰਦਾ ਲੋਕ ਬੈਠੇ ਗੁੰਮਟ ਦੀਆਂ ਗੱਲਾਂ ਕਰੀ ਜਾਂਦੇ ਨੇ ਪਰ ਨੀਂਹ ਦੇ ਉੱਤੇ ਇੱਕ ਵਾਰ 30 ਸਾਲ ਹੋ ਗਏ ਅਸੀਂ ਨਹੀਂ ਦਿੱਤਾ ਅਸੀਂ ਸੋਚਦੇ ਪਹਿਲਾਂ ਨੀਂਹ ਤੋਂ ਚੱਲ ਜਾਈਏ ਤੇ ਮੰਜ਼ਿਲ ਦੀ ਗੱਲ ਫਿਰ ਕਰਾਂਗੇ ਮੰਜ਼ਿਲ ਦੇ ਲਾਗੇ ਪਹੁੰਚ ਕੇ ਮੰਜ਼ਿਲ ਕਰਨ ਦੇ ਨਾਲ ਮੰਜ਼ਿਲ ਨਹੀਂ ਮਿਲਣੀ ਉੱਥੇ ਪਹੁੰਚਣਾ ਪੈਣਾ ਇਸ ਕਰਕੇ ਜ਼ਮੀਨ ਤੋਂ ਕੰਮ ਸ਼ੁਰੂ ਕਰਨਾ ਪੈਣਾ ਮੈਂ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਇਹ ਪੰਥਕ ਕਨਵੈਨਸ਼ਨਾਂ ਨੂੰ ਸਮੁੱਚੀ ਸੰਗਤ ਦੇ ਸਾਹਮਣੇ ਪਹੁੰਚਾ ਰਹੇ ਨੇ ਔਰ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਦਾਸ ਨੇ ਪੰਜਾਬ ਦੇ ਸਿਆਸੀ ਲੀਡਰਾਂ ਦੀ ਵੀ ਇੰਟਰਵਿਊ ਕੀਤੀ ਔਰ ਭਾਈ ਅਮਰੀਕ ਸਿੰਘ ਜੀ ਕੁੰਨਣ ਜਾਂ ਕੰਟਰੋਲਰ ਜਗਜੀਤ ਸਿੰਘ ਰਵੀ ਹਰਸ਼ ਉਹਨਾਂ ਵੱਲੋਂ ਇੱਕ ਗੱਲ ਕਹੀ ਸੀ ਵੀ ਇਹ ਅਕਾਲ ਚੈਨਲ ਸਿੱਖਾਂ ਦੀ ਦਸਵੰਧ ਨਾਲ ਚੱਲਦਾ ਇਹ ਸਿੱਖਾਂ ਦੀ ਸਪੋਰਟ ਨਾਲ ਚੱਲਦਾ ਵਿਦੇਸ਼ੀ ਸਿੱਖਾਂ ਦੇ ਜਿੰਨੇ ਵੀ ਮਸਲੇ ਨੇ ਇਹਨਾਂ ਲੀਡਰਾਂ ਨੂੰ ਸਾਹਮਣੇ ਬਿਠਾਲ ਕੇ ਪੁੱਛਿਆ ਜਾਵੇ ਅਸੀਂ ਹਰ ਇੱਕ ਗੱਲ ਉਹਨਾਂ ਨੂੰ ਪੁੱਛੀ ਵੀ ਤੁਸੀਂ ਕਰਦੇ ਕੀ ਪਏ ਹੋ
ਪਰ ਕਰੀਏ ਕੀ ਗੁਰਮੁਖ ਪਿਆਰਿਓ ਪਾਵਰ ਉਹਨਾਂ ਦੇ ਕੋਲ ਆ ਜਦੋਂ ਪਾਵਰ ਤੱਕ ਪਹੁੰਚਣ ਦਾ ਕੰਮ ਆਉਂਦਾ ਉਦੋਂ ਅਸੀਂ ਬਾਈਕਾਟ ਕਰ ਦਿੰਦੇ ਇਹਨਾਂ ਦਾ ਬਾਈਕਾਟ ਕਰ ਦਿਓ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ ਗੁਰਮੁਖ ਪਿਆਰਿਓ ਜਿੰਨਾ ਚਿਰ ਅਸੀਂ ਪਾਵਰ ਤੱਕ ਨਹੀਂ ਪਹੁੰਚਾਂਗੇ ਸਾਡਾ ਇਹੋ ਹਾਲ ਹੋਣਾ ਗੱਲਾਂ ਅਸੀਂ ਜਿੰਨੀਆਂ ਮਰਜ਼ੀ ਕਰੀ ਜਾਈਏ ਜਿਹੜੇ ਪਿਛਲੇ ਸਮੇਂ 'ਚ ਸਿੰਘ ਸਨ ਬਾਬਾ ਗੁਰਬਚਨ ਸਿੰਘ ਜੀ ਮਾਣੋ ਚਾਲ ਉਹ ਕਹਿੰਦੇ ਸਨ ਇਲੈਕਸ਼ਨ ਹੋਣੀ ਚਾਹੀਦੀ ਆ ਤੇ ਗੁਰਮੁਖ ਪਿਆਰਿਓ ਮੇਰੇ ਹਾਲ ਡਾਕਟਰ ਸੋਹਣ ਸਿੰਘ ਇਹ ਕੌਣ ਸੀਗਾ ਉਹਨੇ ਬਾਈਕਾਟ ਕਰਾਤਾ ਅੱਜ ਕਿੱਥੇ ਉਹ ਲੱਭਿਆ ਕਿਸੇ ਨੂੰ ਤੇ ਬਾਬਾ ਮਾਣੋ ਚਾਲ ਨੇ ਇੱਕ ਗੱਲ ਕਹੀ ਸੀ ਉਹਨੂੰ ਕਹਿਤਾ ਸੀ ਇਹ ਸਰਕਾਰੀ ਇਲੈਕਸ਼ਨ ਕਰਾਉਣਾ ਚਾਹੁੰਦਾ ਉਹ ਕਹਿੰਦਾ ਸਮਾਂ ਆਊਗਾ ਤੇ ਸਿੱਖ ਕੌਮ ਨੂੰ ਪਤਾ ਲੱਗੂਗਾ ਉਹ ਜੋਧਾ ਸ਼ਹਾਦਤ ਦਾ ਜਾਮ ਪੀ ਕੇ ਆਪਣਾ ਲਹੂ ਡੋਲ ਕੇ ਦੱਸ ਗਿਆ ਸੱਚਾ ਕੌਣ ਸੀ ਜਿਹੜੇ ਇੱਥੋਂ ਦੇ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਵੀ ਰਹੇ ਨੇ ਮੇਰਾ ਖਿਆਲ ਸਹਿਣ ਮੈਂ ਜੋ ਸੁਣਿਆ ਭਾਈ ਪ੍ਰਗਟ ਸਿੰਘ ਉਹ ਵੀ ਇਲੈਕਸ਼ਨ ਕਰਾਉਣ ਦੇ ਹੱਕ ਸਨ ਸਿੱਖ ਕੌਮ ਨੇ ਇਲੈਕਸ਼ਨ ਬਾਈਕਾਟ ਕਰਤੀ ਤੇ 42-40% ਨਾਲ ਮੁੱਖ ਮੰਤਰੀ ਬਣਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੌਮ ਨੇ ਕੀ ਖੱਟਿਆ ਤੇ ਜੇ ਇਲੈਕਸ਼ਨ ਲੜ ਕੇ ਅਸੀਂ ਵਿਧਾਨ ਸਭਾ 'ਚ ਪਹੁੰਚਦੇ ਕੋਈ ਐਲਾਨ ਕਰਦੇ ਸਾਡੇ ਕੋਲ ਪਾਵਰ ਸੀ ਕਿੰਨਾ ਨੁਕਸਾਨ ਹੋਇਆ ਬਾਈਕਾਟ ਕਰਨ ਦਾ ਇਸ ਕਰਕੇ ਤੁਸੀਂ ਮੇਰੇ ਤੋਂ ਸਿਆਣੇ ਹੋ ਗੁਰਮੁਖ ਪਿਆਰਿਓ ਤੁਹਾਡੀਆਂ ਚਿੱਟੀਆਂ ਦਾੜੀਆਂ ਗਿਆ 30-30 ਸਾਲ ਤੁਸੀਂ ਸੰਘਰਸ਼ ਕੀਤਾ ਮੈਂ ਇੰਟਰਨੈਸ਼ਨਲ ਪੰਥਕ ਜਥੇਬੰਦੀ ਵੱਲੋਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਰੋਮ ਰੋਮ ਕਰਕੇ ਤੁਹਾਨੂੰ ਪ੍ਰਣਾਮ ਕਰਦਾ ਤੇ ਧੰਨਵਾਦ ਕਰਦਾ ਤੁਸੀਂ ਅੱਜ ਸਾਨੂੰ ਇੱਥੇ ਪਹੁੰਚ ਕੇ ਅਸੀਸ ਦੇਣ ਵਾਸਤੇ ਕੋਈ ਗੱਲਬਾਤ ਦੱਸਣ ਵਾਸਤੇ ਇੱਥੇ ਸਾਡੇ ਕੋਲ ਜਿਹੜੇ ਪਹੁੰਚੇ ਹੋਏ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਚੱਲਿਆ ਹੋਇਆ ਕਦਮ ਕਦਮ ਸਿਰ ਮੱਥੇ ਤੇ ਪ੍ਰਵਾਨ ਕਰਦੇ ਹਾਂ ਤੇ ਇਸੇ ਤਰ੍ਹਾਂ ਆਸ ਕਰਦੇ ਸਾਡਾ ਸਾਥ ਦਿਓਗੇ ਰਲ ਮਿਲ ਕੇ ਆਓ ਇਕੱਠੇ ਹੋ ਕੇ ਜੇ ਪੰਜਾਬ ਨੂੰ ਬਚਾ ਸਕਦੇ ਤੇ ਬਚਾ ਲਈਏ ਨਹੀਂ ਤੇ ਧਾੜ ਵੀ ਬਾਹਰੋਂ ਚੜ ਚੜ ਕੇ ਆਉਂਦੇ ਜੇ ਉਹਨਾਂ ਫਿਰ ਰਾਜ ਕਰ ਜਾਣਾ ਜੇ 5 ਸਾਲ ਅਗਲੇ ਫਿਰ ਅਸੀਂ ਵੇਹਦੇ ਰਹਿਣਾ ਜੇ ਇਹ ਸਮਾਂ ਸਾਡੇ ਕੋਲ ਜਿਹੜਾ ਨਿਕਲਦਾ ਜਾ ਰਿਹਾ ਜੇ ਇਹ ਕਿਤੇ ਸੋਚੋ ਆਪੋ ਆਪਣੇ ਅੰਦਰ ਮੈਂ ਸਮੁੱਚੀਆਂ ਸੰਗਤਾਂ ਦਾ ਸਮੁੱਚੀਆਂ ਜਥੇਬੰਦੀਆਂ ਦਾ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਧੰਨਵਾਦ ਕਰਦਾ ਮੇਰੇ ਵੀਰ ਅਮਨਦੀਪ ਸਿੰਘ ਜੀ ਦਮਦਮੀ ਟਕਸਾਲਾ ਜਨਾਲਾ ਵੱਲੋਂ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਭਾਈ ਰਵਿੰਦਰ ਸਿੰਘ ਜੀ ਭਾਈ ਪ੍ਰਦੀਪ ਸਿੰਘ ਜੀ ਹੋਰ ਬੜੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਸਤਿਗੁਰੂ ਜੇ ਸਾਡੀ ਮਨਸਾ ਸੱਚੀ ਆ ਅਸੀਂ ਕੌਮ ਨੂੰ ਸਮਰਪਿਤ ਹੈ ਕਿਰਪਾ ਕਰਕੇ ਲਾਜ ਰੱਖੀ ਤੇ ਸਾਡੇ ਕੋਲ ਆਪਣੀ ਸੇਵਾ ਕਰਾ ਲਈ ਬੇਅੰਤ ਭੁਲਾਂ ਦੀ ਖਿਮਾ ਕਰ ਦੇਣਾ ਜੀ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਗੁਰੂ ਘਰ ਦਾ ਝਾੜੂ ਗਰਦਾਰ ਸਮਝ ਕੇ ਮਾਫ਼ ਕਰਨਾ ਜੀ ਬੋਲ